ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਵਧੀਆ, ਬਹੁਤ ਵਧੀਆ। ਸਭ ਤੋਂ ਪਹਿਲਾਂ ਫਿਲਮ ਵਿੱਚ ਕਿਰਦਾਰ ਜਿਹੜਾ ਹੈ ਉਹ ਮੈਂ ਜ਼ਰੂਰ ਜਾਣਨਾ ਚਾਹਾਂਗੀ। ਮੇਰਾ ਕਿਰਦਾਰ ਹੀਰੋ ਦੀ ਮਦਰ ਦਾ ਆ ਅਤੇ ਸਰ ਦਾ ਫਾਦਰ। ਹਾਂਜੀ, ਠੀਕ ਹੈ। ਅਤੇ ਫਿਲਮ ਵਿੱਚ ਸਰ ਤੁਹਾਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਆਇਆ ਸੀ ਜਦੋਂ ਤੁਸੀਂ ਸਕ੍ਰਿਪਟ ਸੁਣੀ ਸੀ? ਫਿਲਮ ਦੀ ਜਦੋਂ ਸਾਨੂੰ ਕਨਸੈਪਟ ਸੁਣਾਇਆ ਤਾਂ ਸਾਨੂੰ ਬਹੁਤ ਵਧੀਆ ਲੱਗਿਆ। ਸਾਡਾ ਜੀ ਕੀਤਾ ਵੀ ਇਹ ਕਰੈਕਟਰ ਕਰਨਾ ਹੀ ਕਰਨਾ ਗਾ, ਔਰ ਫਿਲਮ ਬਹੁਤ ਸੋਹਣੀ ਆ, ਬਾਕੀ ਤੁਸੀਂ ਅੱਗੇ ਸਕਰੀਨ 'ਤੇ ਦੇਖੋਗੇ। ਜਦੋਂ ਆਪਾਂ ਔਰਤ ਦੀ ਗੱਲ ਕਰਦੇ ਹਾਂ ਹਮੇਸ਼ਾ ਸੈਂਸਿਟਿਵ, ਇਮੋਸ਼ਨਲ ਆਹ ਸੋਚਦੇ ਹਾਂ, ਪਰ ਜੋ ਵੀ ਪੰਜਾਬ ਵਿੱਚ ਜਾਂ ਬਾਹਰ ਜਾਣ ਲਈ ਕੀਤਾ ਜਾਂਦਾ ਉਹ ਇੱਕ ਜਦੋਂ ਔਰਤ ਕਰਦੀ ਹੈ ਆਪਣੇ ਹਸਬੈਂਡ ਨਾਲ, ਉਸ ਚੀਜ਼ ਨੂੰ ਤੁਸੀਂ ਕਿਵੇਂ ਸ਼ਬਦਾਂ ਵਿੱਚ ਬਿਆਨ ਕਰੋਗੇ? ਕੀ ਸੋਚਦੇ ਹੋ ਜਦੋਂ ਤੁਸੀਂ ਇੱਦਾਂ ਦੀ ਖਬਰਾਂ ਪੜ੍ਹਦੇ ਹੋ? ਮੈਨੂੰ ਇਹ ਲੱਗਦਾ ਹੈ ਕਿ ਇਹ ਅਗਲੀ ਜਨਰੇਸ਼ਨ ਹੈ, ਸਾਡੇ ਤੋਂ ਅਗਲੀ ਜਨਰੇਸ਼ਨ ਹੈ, ਲੇਕਿਨ ਇਹ ਨਹੀਂ ਆਪਾਂ 100% ਕਹਿ ਸਕਦੇ ਕਿ ਅਗਲੀ ਜਨਰੇਸ਼ਨ ਸਾਰੀ ਗਲਤ ਹੈ, ਇੱਦਾਂ ਨਹੀਂ ਕਹਿ ਸਕਦੇ। ਬਹੁਤ ਬਹੁਤ ਅੱਛੇ ਵਿਦੇਸ਼ਾਂ 'ਚ ਰਹਿਣ ਵਾਲੇ ਵੀ ਬੱਚੇ ਜਿਹੜੇ ਇੰਡੀਅਨ ਹੈ ਉਹ ਇੰਡੀਅਨ ਸੰਸਕਾਰ ਲੈ ਕੇ ਉੱਥੇ ਰਹਿੰਦੇ ਆ, ਐਸੀ ਗੱਲ ਨਹੀਂ ਹੈ, ਲੇਕਿਨ ਉਹੀ ਹੈ ਨਾ ਕਿ ਬਈ ਸੈਲਫਿਸ਼ ਤਾਂ ਕੋਈ ਵੀ ਹੋ ਸਕਦਾ ਨਾ। ਇਹ ਮਤਲਬ ਕਦੀ ਨਹੀਂ ਆਪਾਂ ਕਿਸੇ ਨੂੰ ਜੱਜ ਕਰ ਸਕਦੇ ਕਿ ਇਹ ਬੰਦਾ ਮਤਲਬ ਐ ਨਹੀਂ ਕਰੇਗਾ। ਮੈਨੂੰ ਲੱਗਦਾ ਕਿ ਜਿਹਦੇ 'ਤੇ ਵਾਪਰਦੀ ਹੈ ਉਹਨੂੰ ਹੀ ਪਤਾ ਹੁੰਦਾ ਕਿ ਮੇਰੇ ਨਾਲ ਕੀ ਗੁਜ਼ਰੀ ਹੈ, ਉਹਨੇ ਕਿੰਨਾ ਕੁ ਭਰੋਸਾ ਉਸ ਬੰਦੇ 'ਤੇ ਕੀਤਾ ਜਿਹਨੇ ਉਹਨੂੰ ਧੋਖਾ ਦਿੱਤਾ। ਬਾਕੀ ਇਹ ਹੈ ਕਿ ਕਰੇਜ਼ ਜਦੋਂ ਕਈ ਬੱਚੇ ਜਿਨ੍ਹਾਂ ਨੇ ਕਦੀ ਜ਼ਿੰਦਗੀ 'ਚ ਖੁੱਲ੍ਹ ਨਹੀਂ ਦੇਖੀ ਹੁੰਦੀ, ਬੜਾ ਉਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ, ਕਈ ਵਾਰੀ ਜਦੋਂ ਉਹਨਾਂ ਨੂੰ ਇੱਦਾਂ ਖੁੱਲ੍ਹ ਮਿਲ ਜਾਂਦੀ ਹੈ ਉਹ ਬੱਚੇ ਵੀ ਫਿਰ ਸ਼ਾਇਦ ਆਪਣੇ ਸੰਸਕਾਰ ਭੁੱਲ ਜਾਂਦੇ ਆ, ਫਿਰ ਉੱਥੇ ਜਾ ਕੇ ਇੱਕਦਮ ਉਹਨਾਂ ਦੇ ਸਭ ਕੁਝ ਚੇਂਜ ਹੋ ਜਾਂਦਾ, ਉਹਨਾਂ ਨੂੰ ਲੱਗਦਾ ਆ ਹੀ ਤਾਂ ਅਸਲੀ ਲਾਈਫ ਹੈ ਨਾ, ਉਹ ਤਾਂ ਬੇਕਾਰ ਸੀ। ਜਦਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜੋ ਇੰਡੀਆ ਦੇ ਸੰਸਕਾਰ ਹੈ ਨਾ, ਵੈਸਟ ਸਾਡੇ ਇੰਡੀਆ ਦੇ ਸੰਸਕਾਰਾਂ ਨੂੰ ਅਪਣਾ ਰਿਹਾ, ਸਾਡਾ ਕਲਚਰ ਅਪਣਾ ਰਿਹਾ ਆ ਵੈਸਟ, ਔਰ ਸਾਡੇ ਬੱਚੇ ਉਹਨਾਂ ਨੂੰ ਉਸ ਕਲਚਰ ਨੂੰ ਅਪਣਾ ਰਹੇ ਆ, ਹੈ ਨਾ, ਇਹ ਟ੍ਰੈਜਡੀ ਹੈ, ਮੈਨੂੰ ਐਂ ਲੱਗਦਾ। ਮੈਮ ਦੀ ਗੱਲ ਨੂੰ ਮੈਂ ਕੰਟੀਨਿਊ ਕਰਾਂਗੀ, ਇੰਡੀਆ ਦੀ ਗੱਲ ਕਰਾਂ, ਪੰਜਾਬ ਦੀ ਗੱਲ ਕਰਾਂ, ਜਿਹੜਾ ਸਾਡਾ ਕਲਚਰ ਹੈ ਉਹ ਅੱਜ ਕੱਲ੍ਹ ਦੀ ਪੀੜ੍ਹੀ, ਅੱਜ ਕੱਲ੍ਹ ਦੇ ਨੌਜਵਾਨ ਭੁੱਲ ਰਹੇ ਹੈ। ਨਹੀਂ, ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰਾ ਕੁਝ ਚੇਂਜ ਹੋ ਰਿਹਾ ਜਾਂ ਭੁੱਲ ਰਹੇ ਨੇ। ਜਿਸ ਤਰ੍ਹਾਂ ਆਪਾਂ ਕਹਿ ਦਈਏ ਵੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਇੱਕ ਪਰਿਵਾਰ ਦੇ ਵਿੱਚ ਜੇ 4 ਮੈਂਬਰ ਆ ਤਾਂ 4 ਦੇ ਸੁਭਾਅ ਵੀ ਵੱਖੋ ਵੱਖਰੇ ਹੁੰਦੇ ਨੇ। ਸੋ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਵੀ ਚੰਗੇ ਮਾੜੇ ਮਤਲਬ ਪੱਖ, ਸਾਡੀ ਲੋਕਾਂ ਦੀ ਸੋਚ ਉਸੇ ਤਰ੍ਹਾਂ ਹੀ ਆ। ਇਸੇ ਤਰ੍ਹਾਂ ਜਿਹੜੇ ਬੱਚੇ ਬਾਹਰ ਜਾਂਦੇ ਆ ਆਪਾਂ ਦੇਖਦੇ ਹਾਂ, ਔਰ ਬਾਹਰੋਂ ਖਬਰਾਂ ਵੀ ਆਪਾਂ ਪੜ੍ਹਦੇ ਹਾਂ ਵੀ ਉੱਥੇ ਲੜਾਈਆਂ ਝਗੜੇ ਕਰਦੇ ਜਾਂ ਹੋਰ, ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ। ਸਮਾਜ ਦੇ ਵਿੱਚ ਕੁਛ ਲੋਕ ਉਹ ਨੇ ਜਿਹੜੇ ਆਪਦੇ ਪਰਿਵਾਰ ਦੀ ਮਿਹਨਤ, ਦੁੱਖ ਤਕਲੀਫਾਂ ਦੇਖ ਕੇ ਨਿਕਲੇ ਨੇ, ਤੋ ਉਹਨਾਂ ਨੇ ਉਹ ਚੀਜ਼ਾਂ ਉੱਥੇ ਜਾ ਕੇ ਗ੍ਰਹਿਣ ਕਰਨੀਆਂ ਵੀ ਅਸੀਂ ਆਪਦੇ ਮਾਂ ਬਾਪ ਨੂੰ ਕਿਸ ਤਰ੍ਹਾਂ ਦੇਖ ਕੇ ਆਏ ਹਾਂ, ਤੋ ਉਹਨਾਂ ਨੇ ਉਹ ਜਾ ਕੇ ਮਿਹਨਤ ਕਰਨੀਆਂ ਆਪਦਾ। ਗਲਤ ਤਾਂ ਇੱਥੇ ਵੀ ਹੋਈ ਜਾਂਦਾ ਬਹੁਤ ਕੁਛ, ਹੈ ਨਾ, ਇੱਥੇ ਵੀ ਬਹੁਤ ਕੁਛ ਗਲਤ ਹੋਈ ਜਾਂਦਾ। ਰਿਸ਼ਤੇ ਜਿਹੜੇ ਆ ਜਿੰਨੇ ਪਹਿਲਾਂ ਸਟਰੋਂਗ ਹੁੰਦੇ ਸੀ ਉਹਨੇ ਸਟਰੋਂਗ ਹੁਣ ਨਹੀਂ ਰਹੇ, ਹੈ ਨਾ, ਉਹ 'ਚ ਵੀ 100% ਨਹੀਂ ਆਪਾਂ ਕਹਿ ਸਕਦੇ। ਜਿਨ੍ਹਾਂ ਨੇ ਰੱਖਣਾ ਆ ਆਪਣਾ ਬਣਾ ਕੇ ਇੰਟੈਂਸਿਟੀ ਨੂੰ, ਰਿਲੇਸ਼ਨਸ਼ਿਪ ਦੀ ਨੂੰ, ਉਹ ਰੱਖਦੇ ਆ, ਲੇਕਿਨ ਬਹੁਤਾ ਐਂ ਵੀ ਹੋ ਰਿਹਾ ਆ ਕਿ ਜਦੋਂ ਲੜਕੇ ਲੜਕੀ ਦਾ ਰਿਸ਼ਤਾ ਤੈਅ ਹੁੰਦਾ ਤਾਂ ਸ਼ਰਤਾਂ ਪਹਿਲਾਂ ਆਉਂਦੀਆਂ, ਪਹਿਲਾਂ ਇੱਦਾਂ ਨਹੀਂ ਸੀ ਹੁੰਦਾ। ਪਹਿਲਾਂ ਕੰਪਰੋਮਾਈਜ਼ ਥੋੜ੍ਹਾ ਬਹੁਤ ਫੀਮੇਲ ਵੀ ਕਰਦੀ ਸੀ ਕਿ ਚਲੋ, ਅਤੇ ਮੇਲ ਵੀ ਕਰਦਾ ਸੀ, ਹੈ ਨਾ। ਹੁਣ ਇੱਦਾਂ ਹੋਣ ਲੱਗ ਗਿਆ ਕਿ ਇੱਥੋਂ ਤੱਕ ਕੁੜੀਆਂ ਕਹਿਣ ਲੱਗ ਗਈਆਂ ਕਿ ਵੀ ਪਹਿਲਾਂ ਨਾਲ ਰਹਿ ਕੇ ਦੇਖਾਂਗੇ, ਹੈ ਨਾ, ਜੇ ਸਾਨੂੰ ਲੱਗੇਗਾ ਮੁੰਡਾ ਠੀਕ ਹੈ, ਹੈ ਨਾ, ਉਸ ਤੋਂ ਬਾਅਦ ਵਿਆਹ ਕਰਾਂਗੇ, ਪਹਿਲਾਂ ਨਾਲ ਰਹਿ ਕੇ ਦੇਖਾਂਗੇ। ਪਹਿਲਾਂ ਇਹ ਕਲਚਰ ਥੋੜ੍ਹੀ ਸੀ ਸਾਡਾ, ਹੈ ਨਾ, ਅਤੇ ਇੰਨਾ ਚੇਂਜ ਤਾਂ ਆ ਚੁੱਕਾ ਹੈ ਸੋਸਾਇਟੀ 'ਚ, ਉਹ ਇੰਡੀਆ 'ਚ ਵੀ ਹੋ ਰਿਹਾ,
ਵਿਦੇਸ਼ 'ਚ ਰਹਿਣ ਵਾਲੇ ਬੱਚਿਆਂ ਦੀ ਇਕੱਲੀ ਗੱਲ ਨਹੀਂ ਹੈ, ਇੱਥੇ ਵੀ ਇੰਡੀਆ 'ਚ ਵੀ ਹੋ ਰਿਹਾ ਹੈ ਨਾ। ਅਤੇ ਹੁਣ ਇਹ ਜਿਹੜੀ ਆਜ਼ਾਦੀ ਦੇ ਕੁਛ ਮਾਇਨੇ ਮੈਨੂੰ ਲੱਗਦਾ ਬੱਚਿਆਂ ਨੇ ਕੁਛ ਹੋਰ ਕੱਢ ਲਏ ਆ, ਹੈ ਨਾ। ਔਰ ਖਾਸ ਕਰਕੇ ਮੈਂ ਵੀ ਇੱਕ ਫੀਮੇਲ ਹਾਂ, ਲੇਕਿਨ ਮੈਨੂੰ ਇੱਦਾਂ ਲੱਗਦਾ ਕਿ ਲੜਕੀਆਂ ਨੇ ਕੁਛ ਬਹੁਤ ਗਲਤ ਮਾਇਨੇ ਕੱਢ ਲਏ ਆ ਕਿ ਹਰ ਚੀਜ਼ 'ਚ ਈਗੋ ਹੈ, ਮੈਂ ਹਰ ਚੀਜ਼ 'ਚ ਈਗੋ ਹੈ ਮੈਂ। ਅਗਰ ਤੁਸੀਂ ਕਮਾਉਂਦੇ ਹੋ, ਮੰਨ ਲਓ ਹਸਬੈਂਡ ਵਾਈਫ ਦੋਨੋਂ ਕਮਾਉਂਦੇ ਹੈ, ਤਾਂ ਤੁਸੀਂ ਕਿਸੇ 'ਤੇ ਅਹਿਸਾਨ ਨਹੀਂ ਕਰ ਰਹੇ ਹੋ। ਇਹ ਜਿਹੜਾ ਫੀਮੇਲ ਦੇ ਵਿੱਚ ਇਹ ਆ ਗਿਆ ਨਾ, ਮੈਂ ਕਮਾਉਂਦੀ ਮੇਰੀ ਮਰਜ਼ੀ, ਮਾਈ ਲਾਈਫ, ਨਾ ਮੈਨੂੰ ਪੁੱਛੇ ਮੈਂ ਸਵੇਰੇ ਕਿੱਥੇ ਚੱਲੀ ਹਾਂ, ਨਾ ਮੈਨੂੰ ਪੁੱਛੇ ਰਾਤੀ ਕਿੱਥੋਂ ਆਈ ਹਾਂ। ਇਹ ਜਿਹੜਾ ਮੈਨੂੰ ਗਲਤ ਲੱਗਦਾ ਹੈ, ਮਤਲਬ ਮੈਨੂੰ ਤਾਂ ਗਲਤ ਲੱਗਦਾ, ਮੈਨੂੰ ਲੱਗਦਾ ਕਿ ਆਪਣੇ ਸੰਸਕਾਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ।